ਮੇਰਾ ਨਾਂ ਅੰਮ੍ਰਿਤਪਾਲ ਸਿੰਘ ਮਹਿਰੋਂ ਆ। ਅੰਮ੍ਰਿਤਪਾਲ ਸਿੰਘ ਮਹਿਰੋਂ ਬਲਾਤਕਾਰ ਜਾਂ ਕੋਈ ਹੋਰ ਘਟਨਾ ਵਾਪਰੀ ਆ? ਜੀ ਜੀ ਹਾਂਜੀ, ਕਿਹੜੇ ਜ਼ਿਲ੍ਹੇ 'ਚ ਆ, ਕਿੱਥੇ ਆ ਜੀ? ਇਹ ਪੀਲੀਭੀਤ ਜ਼ਿਲ੍ਹਾ ਹੈ, ਪੂਰਨਪੁਰ ਤਹਿਸੀਲ ਹੈ। ਪੀਲੀਭੀਤ। ਕੀ ਪ੍ਰੋਗਰਾਮ ਆ ਹੁਣ ਅੱਗੇ? ਅਸੀਂ ਪੰਜਾਬ ਤੋਂ ਆਉਣਾ ਸੀ ਭਾਈ ਸਾਹਿਬ। ਉਹ ਬਲਾਤਕਾਰ ਕਰਨ ਵਾਲਾ ਹੈ ਬੰਦਾ ਕਿੱਥੇ ਆ? ਇਹ ਉੱਥੇ ਹੀ ਆ ਜੀ, ਉਸੇ ਪਿੰਡ 'ਚ ਹੀ ਆ। ਤੇ ਫਿਰ ਆਪਾਂ ਇਕੱਠ ਕਾਹਨੂੰ ਕਰਨਾ, ਪਹਿਲਾਂ ਹੀ ਕੰਮ ਕਰ ਦਿੰਦੇ ਹਾਂ, ਤੁਸੀਂ ਸਾਨੂੰ ਦੱਸੋ, ਅਸੀਂ ਆ ਜਾਂਦੇ ਹਾਂ। ਨਹੀਂ, ਇਹ ਕੰਮ ਜਿਹੜਾ ਹੈ ਨਾ, ਇਹ ਰੱਬ ਦਾ ਹੱਥ ਆ ਕਿ ਜੇ ਨਾ, ਇੱਕ ਪਰਮਾਤਮਾ ਦੇ ਹੱਥ ਵਾਸਤੇ ਆ, ਪੈਦਾ ਕਰਨਾ ਤੇ ਮਾਰਨਾ, ਇਹ ਦੋ ਚੀਜ਼ਾਂ ਉਹਨੇ ਆਪਣੇ ਹੱਥ ਦੇ ਬਜ਼ੁਰਗ, ਰੱਖੀਆਂ। ਪਤਾ ਕੀ ਆ, ਮੈਂ ਤੁਹਾਨੂੰ ਦੱਸਦਾ, ਹਾਂਜੀ, ਪੈਦਾ ਕਰਨਾ ਮਾਰਨਾ ਰੱਬ ਦੇ ਹੱਥ ਆ। ਜੀ ਜੀ ਜੇ ਉਹ ਬਲਾਤਕਾਰ ਕਰਨ ਵਾਲੇ ਬੰਦੇ ਕੁੜੀ ਨੂੰ ਮਾਰ ਜਾਂਦੇ, ਫੇਰ ਆਪਾਂ ਕੀ ਕਰਦੇ? ਹਾਂ ਬਿਲਕੁਲ, ਮਾਰਦੇ ਤੇ ਹੁਣ ਮਰਿਆ ਨਾਲੋਂ ਵੀ ਵੱਧ ਆ ਕੁੜੀ ਜਿਹਦਾ ਬਲਾਤਕਾਰ ਹੋ। ਜੀ 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 ਫੇਰ ਜੀ ਆਪਾਂ ਇਹਨਾਂ ਚੀਜ਼ਾਂ ਨੂੰ ਛੱਡੀਏ, ਆਪਾਂ ਆਪਦੇ ਸਿਧਾਂਤਾਂ ਤੇ ਕਾਇਮ ਰਹੀਏ। ਠੀਕ ਹੈ, ਸਾਰਿਆਂ ਨੇ ਅੱਜ ਜਿਹੜੇ ਨੇ ਇਹਨੂੰ ਮੁੱਖ ਮੰਤਰੀ ਨੂੰ ਫੋਨ ਕੀਤੇ ਨੇ, ਓਕੇ, 3 ਦਿਨ ਦਾ ਸਮਾਂ ਸਾਰਿਆਂ ਪਾਇਆ ਹੈ। ਜੇ ਉਹ ਬੰਦਾ ਨੇੜੇ ਤੇੜੇ ਹੀ ਆ, ਹਾਂਜੀ, ਫੇਰ ਵੇਖਾਂਗੇ ਕਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ, ਫਿਰ ਉਹਦੇ ਘਰੇ ਉਹਦਾ ਹੀ ਸੇਵਾ ਫੂਕ ਦਿੰਦੇ ਹਾਂ। ਤੁਸੀਂ ਸਾਨੂੰ ਹੁਕਮ ਲਾਓ, ਅਸੀਂ ਆਉਣ ਲਈ ਤਿਆਰ ਹਾਂ। ਹਾਂ ਚਲੋ, ਇਹ ਜਿਹੜਾ ਨਾ, ਹੁਣ ਕੱਲ ਨਹੀਂ ਪਰਸੋਂ ਮੀਟਿੰਗ ਮੇਰੀ ਹੋਣੀ ਆ, ਹਾਂ, ਤੇ ਪਰਸੋਂ ਸਾਰਿਆਂ ਨਾਲ ਸਲਾਹ ਮਸ਼ਵਰਾ ਕਰ ਲੈਂਦੇ ਹਾਂ। ਆਪਾਂ ਜਿਹੜੇ ਆਪਣੇ ਮੌਕਾ ਸਿਧਾਂਤ, ਮੈਂ ਤੁਹਾਨੂੰ ਦੱਸ ਦਿਆਂ, ਆਪਾਂ ਸਿਧਾਂਤਾਂ ਤੇ ਕਾਇਮ ਰਹਿਣਾ ਤੇ ਆਪਣੇ ਧਰਮ ਲਈ ਸਿਰ ਦੇਣੇ ਆ। ਤੇ ਜੇ ਕੋਈ ਜੀ ਕਿਸੇ ਵੀ ਬੀਬੀ ਨੂੰ, ਕੋਈ ਕਿਸੇ ਵੀ ਧਰਮ ਦੀ ਆ, ਜੀ ਜੀ ਜੇ ਆਪਣੇ ਜਾਉਂਦੇ ਜੇ ਸਿੱਖਾਂ ਦੇ ਕਿਸੇ ਧੀ ਦਾ ਬਲਾਤਕਾਰ ਹੁੰਦਾ ਨਾ, ਇਦੋਂ ਮਾੜੀ ਗੱਲ ਨਹੀਂ ਕੋਈ ਹੋ ਸਕਦੀ। ਜੀ 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 ਮੈਡਮ ਸਾਹਿਬ, ਮੈਂ ਪ੍ਰਸ਼ਾਦਾ ਚੱਕ ਕੇ ਆਂਟੀ ਨੂੰ ਫੋਨ ਕਰਦਾ ਜਰਾ। ਹਾਂਜੀ ਪ੍ਰਧਾਨ ਸਾਹਿਬ, ਬਸ ਮੈਂ ਇੰਨਾ ਕੀ ਕਹਿਣਾ ਸੀਗਾ ਵੀ ਅਸੀਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਿੰਘ ਪੀਲੀ ਭੀਤ ਹੋਣਗੇ। ਹਾਂਜੀ, ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਸਿੰਘ ਪੀਲੀ ਭੀਤ ਹੋਣਗੇ, ਹੋਰ ਕੋਈ ਆਵੇ ਜਾਂ ਨਾ ਆਵੇ ਸਿੰਘ ਪਹੁੰਚ ਜਾਣਗੇ। ਕਦੋਂ ਜੀ? ਕੱਲ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ। ਅੱਛਾ ਅੱਛਾ, ਹਾਂਜੀ ਚਲੋ ਠੀਕ ਹੈ।